ਪਾਰਨੀਆ ਕੰਟਰੀਆਂ ਦੇ ਮੇਰੇ ਇਦਾਂ ਦੇ ਦੋਸਤ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਬੱਚਿਆਂ ਨੂੰ ਉਹਨਾਂ ਦੀਆਂ ਫੀਸਾਂ ਤਾਰਦੇ ਨੇ ਕਿਸੇ ਨੂੰ ਨਹੀਂ ਪਤਾ ਨਾ ਕਿਸੇ ਗੁਰਦੁਆਰੇ ਚ ਅਰਦਾਸ ਹੁੰਦੀ ਉਹਨਾਂ ਦੀ ਨਾ ਕਿਸ ਰਿਸ਼ਤੇਦਾਰ ਨੂੰ ਪਤਾ ਹੈ ਨੇਕ ਇਨਸਾਨਾਂ ਦੀ ਕਮੀ ਕੋਈ ਨਹੀਂ ਮੇਰੇ ਵਰਗਾ 1100 ਦੇ ਕੇ ਨਾ ਕੰਨ ਲਾ ਲਾ ਕੇ ਸੁਣਦਾ ਭਾਈ ਸਾਹਿਬ ਨੇ ਮੈਨੂੰ ਜਸੇਦਾਰ ਆਖਿਆ ਅਰਦਾਸ ਕਿੰਨੀ ਆਖਿਆ ਤੇ ਜੇ ਨਾ ਕਹੂਗਾ ਨਾ ਮੈਂ ਪੌੜੀਆਂ ਉਤਰਦਿਆਂ ਪੁੱਛਣਾ ਕਮੇਟੀ ਨੂੰ ਕਹਿਣਾ ਭਾਈ ਸਾਹਿਬ ਨੇ ਅੱਜ ਮੇਰਾ ਨਾਂ ਕਿਉਂ ਨਹੀਂ ਲਿਆ ਜੀ ਮੈਂ ਤੇ ਪਾ ਪਾਜੀ ਦੇ ਨਾਂ ਦਾ 1100 ਦੀ ਰਸੀਦ ਕਟਾ ਕੇ ਗਿਆ ਸੀ ਲਓ ਇੱਥੇ ਬੈਠੇ ਆ ਜੀ ਅਸੀਂ ਅਸੀਂ ਤਾਂ ਗੁਰਦੁਆਰੇ ਆਣ ਕੇ ਵੀ ਮੈਂ ਆਪਣਾ ਨਾਮ ਲੱਭਦਾ ਮੇਰਾ ਨਾਮ ਲਿਖਿਆ ਕਿ ਨਹੀਂ ਲਿਖਿਆ ਮੈਂ 52000 ਚੜਾਇਆ ਮੇਰਾ ਪੱਥਰ ਕਿੱਥੇ ਆ ਭਾਈ ਮਨੀ ਸਿੰਘ ਨੇ 84 ਮੈਂਬਰ ਵਾਰੇ ਆ ਪੱਥਰ ਵਿਖਾ ਦੂਨਾਂ ਦਾ ਕਿਤੇ ਲੱਗਾ ਹੋਇਆ 84 ਮੈਂਬਰ ਭਰਾ ਦਾਦੀਆਂ ਤੋਂ ਲੈ ਕੇ ਪੜਦਾਦੇਹਾਂ ਤੋਂ ਲੈ ਕੇ ਭਰਾ ਪੁੱਤਰ ਜੇ ਉਹ ਇਦਾਂ ਪੱਥਰ ਲਵਾਉਣ ਲੱਗਦੇ ਨਾ ਦੱਸਿਓ ਜੀ ਜ਼ਿੰਦਗੀ ਵਾਰ ਨਹੀਂ ਵੱਡੀ ਚੀਜ਼ ਆ ਕਿ ਪੈਸਾ ਵਾਰਨਾ ਵੱਡੀ ਚੀਜ਼ ਆ ਬੋਲ ਕੇ ਦੱਸਿਓ ਪਿਆਰਿਓ ਜ਼ਿੰਦਗੀ ਵੱਡੀ ਚੀਜ਼ ਆ ਜੀਵਨ ਹੋਏਗਾ ਤੇ ਪੈਸਾ ਬੰਦਾ ਫੇਕ ਮਾਰ ਲੂ ਜਿਦੋਂ ਸਾਡੇ ਸਮਾਜ 'ਚ ਇਹ ਗੱਲ ਆ ਗਈ ਫਿਰ ਮਾਤੜ ਬੰਦਾ ਸੋਚਦਾ ਮੈਂ ਤਾਂ ਪਿਛੇ ਰਹਿ ਗਿਆ ਨਾ ਵਿਚਾਲਾ ਸਾਡੇ ਆ ਧਾਰਮਿਕ ਸਥਾਨਾਂ 'ਤੇ ਵਿਤਕਰੇ ਹੋ ਰਹੇ ਨੇ ਦਰਬਾਰ ਸਾਹਿਬ ਚਲਜੋ ਜਿਹੜਾ ਵੱਧ ਪੈਸੇ ਦਿੰਦਾ ਉਹਦੇ ਗੱਲ ਸਰੋਪਾ ਪਾਉਂਦੇ ਮਾਤੜ ਬੰਦੇ ਨੂੰ ਪੁੱਛਦਾ ਕੋਈ ਨਹੀਂ ਵੇਖ ਲਓ ਤੁਸੀਂ ਉਨੋਂ ਫੇ ਇਹਦਾ ਮਰੂ ਗੁਰੂ ਦਾ ਪ੍ਰਸਾਦ ਵਿਤਗਰਿਆਂ ਵਾਲਿਆਂ ਨੂੰ ਮਿਲਦਾ ਵਿਤਗਰਾ ਕਿੱਥੇ ਖਲੋਤੀ ਸੀ ਅੱਜ ਸਿੱਖੀ ਕੀ ਵਿਚਾਰਤਾ ਰਸੀ ਤੋਂ ਖੈਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਇੱਥੇ ਸ਼ਬਦ ਵਰਤਿਆ ਹੈ ਜਮਾਂ ਦੀ ਇਮਾਰਤ ਤੋਂ ਵੱਜ ਜਾਏਗਾ ਤੋ ਹਜ਼ੂਰ ਸਮਝਾਉਂਦੇ ਨੇ ਜਪੋ ਤਾਂ ਇੱਕੋ ਨਾਮਾ ਅਵਰ ਨਰਾਫਲ ਅਵਰ ਨਰਾਫਲ ਕਾਮਾ ਕਿਹੜੇ ਆ ਜਿਹੜੇ ਤੂੰ ਧਰਮ ਦਾ ਨਾਮ ਲੈ ਕੇ ਕਰ ਰਿਆ ਕੋਟ ਤੀਰਥ ਕੋਟ ਕਕੇ ਉਤੇ ਹੋੜਾ ਤੇ ਟੈਂਕੇ ਨੂੰ ਸਿਆਰੀ ਕੋਟ ਸ਼ਬਦ ਜਦੋਂ ਬਾਣੀ ਚ ਇਸ ਰੂਪ ਚਾਹੇਗਾ ਨਾ ਜਿਹੜੇ ਤੁਹਾਡੇ ਜੋ ਬਾਣੀ ਪੜਨ ਵਾਲੇ ਇਹ ਗਿਣਤੀ ਵਾਸਤੇ ਆਏਗਾ ਕਰੋੜਾ ਜਦੋਂ ਕੋਟ ਦੇ ਕਕੇ ਉਤੇ ਹੋੜਾ ਤੇ ਟੈਂਕਾ ਉਹਨੂੰ ਅੰਕੜ ਲੱਗਾ ਹੋਊ ਸਿਆਰੀ ਨਹੀਂ ਲੱਗੀ ਹੋਈ ਉਹ ਕਿਲਾ ਹੋਏਗਾ ਇੱਕ ਵਚਨ ਪਲੇੰਗ ਕਿਲੇ ਦੀ ਗੱਲ ਹੋਏਗੀ ਜਿੱਥੇ ਵੀ ਗੁਰੂ ਅੰਸਾ ਜੀ ਲਿਖਿਆ ਜਿੱਥੇ ਕੋਟ ਦੇ ਟੈਂਕੇ ਨੂੰ ਕੋਈ ਮਾਤਰਾ ਨਹੀਂ ਲੱਗੀ ਉਹ ਬਹੁ ਵਚਨਾਂ ਕਿਲਿਆਂ ਦੀ ਗੱਲ ਹੈ ਪੜਾਂਗੇ ਆਪਾਂ ਤਿੰਨਾਂ ਨੂੰ ਕੋਟ ਹੀ ਸਿਹਾਰੀ ਵਾਲੇ ਨੂੰ ਵੀ ਕੋਟ ਪੜਨਾ ਔਕੜ ਵਾਲੇ ਨੂੰ ਵੀ ਕੋਟ ਪੜਨਾ ਤੇ ਮੁਕਤੇ ਨੂੰ ਵੀ ਕੋਟ ਹੀ ਪੜਨਾ ਇਹ ਉਹਨਾਂ ਲਈ ਆ ਜਿਹੜੇ ਕਹਿੰਦੇ ਜੀ ਬਾਣ ਚ ਵਿਆਕਰਣ ਹੈ ਨਹੀਂ ਬਾਣੀ ਵਿੱਚ ਸਿਹਾਰੀ ਬਿਹਾਰੀ ਔਕੜ ਦਾ ਵੀ ਕੋਈ ਅਰਥ ਹੈ ਜਿੱਦਣ ਅਸੀਂ ਬਾਣੀ ਨੂੰ ਸਮਝ ਕੇ ਪੜਨ ਲੱਗ ਪਏ ਨਾ ਸਵਾਦ ਵੜਾਉ ਆਨੰਦ ਆਉ ਜਿਹਦਾ ਸੀਰੀਅਲ ਨੇ ਲੜੀਵਾਰ ਵੇਹਦੇ ਕਈ ਕਈ ਨੂੰ ਸ਼ੌਂਕ ਹੁੰਦਾ ਨਾ ਸੀਰੀਅਲ ਵੇਖਣ ਦਾ ਵੀ 8:30 ਹੋਣਾ 9:30 ਹੋਣਾ ਐਨ ਰੋਟੀ ਦੇ ਪਾਣੀ ਬਣਾ ਕੇ ਜਾਂ ਬਰੋਟੀ ਬਣਾਉਣ ਤੋਂ ਪਹਿਲਾਂ ਐਨ ਵੇਖਣਾ ਵੀ ਉਹ ਫਿਰ ਸੀਰੀਅਲ ਵਾਲੇ ਵੀ ਨਾ ਪਤਾ ਕਰਦੇ ਆ ਉੱਥੇ ਲਿਆ ਕੇ ਖਤਮ ਕਰਦੇ ਆ ਜਿੱਥੇ ਬੰਦਾ ਅਗਲੇ ਦਿਨ ਸਪੈਸ਼ਲ ਟਾਈਮ ਕੱਢ ਕੇ ਵੇਖੇ ਇਹਦਾ ਗੋਲੀ ਮਾਰ ਦੇ ਵਿਖਾਉਣਾ ਇਹ ਨਹੀਂ ਵਿਖਾਉਣਾ ਵੀ ਵੱਜੀ ਕਿੱਥੇ ਗੋਲੀ ਕਿਹਨੂੰ ਮਾਰੀ ਵੀ ਬੰਦਾ ਅਗਲੇ ਦਿਨ ਵੇਂਦਾ ਵੀ ਅੱਛਾ ਸਪੈਸ਼ਲ ਟਾਈਮ ਕੱਢ ਕੇ ਵੇਂਦਾ ਵੀ ਅਗਲੇ ਦਿਨ ਕੀ ਵਾਪਰਿਆ ਕਿਉਂਕਿ ਅਗਲੇ ਦਿਨ ਬ੍ਰੇਨ ਇਦਾਂ ਦਾ ਅਗਲੇ ਨੇ ਆਪਣਾ ਪ੍ਰੋਡਕਟ ਵੇਚਣਾ ਵਾ ਹੁਣ ਸਮਾਨ ਵੇਚਣਾ ਜਿੱਦਣ ਮੈਂ ਗੁਰਬਾਣੀ ਐਸ ਤਰੀਕੇ ਨਾਲ ਪੜਨ ਲੱਗ ਪਿਆ ਨਾ ਇਹ ਆ ਸਲੋਕ ਪੜਿਆ ਕੱਲ ਨੂੰ ਕਿਉਂ ਭੁੱਲ ਜਾਵਾਂਗੇ ਅਸੀਂ ਇੱਕ ਚੀਜ਼ ਜਿੱਦਾਂ ਮੈਂ ਟੀਵੀ ਅੱਧਾ ਘੰਟਾ ਟਿਕਾ ਕੇ ਮਨ ਵੇਨਦਾ ਨਾ ਇੱਥੇ 2 ਘੰਟੇ ਬੈਠ ਕੇ ਵੀ ਜਦੋਂ ਮੈਂ ਗੁਰੂ ਦੀਆਂ ਗੱਲਾਂ ਸੁਣਾਗਾ ਨਾ ਜੇ ਸਭ ਮੱਲੇ 'ਚ ਸਿੱਖ ਦਾ ਘਰ ਹੋਏਗਾ ਨਾ ਉਹ ਮੱਲੇ ਵਾਲੇ ਆਣ ਕੇ ਪੁੱਛਣਗੇ ਆ ਜੀਵਨ ਯੋਗਤ ਸਿੱਖੀ ਕਿੱਥੋਂ ਤੁਸੀਂ ਮੰਨ ਵੀ ਉਸ ਗੁਰੂ ਕੋ ਲੈ ਕੇ ਜਾਓ ਅਜੇ ਜਵਾਕ ਨਹੀਂ ਤੁਰਦੇ ਇਸ ਬੰਨੇ ਕਿਉਂ ਕਿਉਂਕਿ ਉਹਨਾਂ ਨੇ ਵੇਖਿਆ ਵੀ ਪੱਲੇ ਕੱਖ ਨਹੀਂ ਪਿਆ ਕਿਉਂਕਿ ਆਇਆ ਇਹ ਪ੍ਰਕਰਮਾ ਕੀਤੀਆਂ ਚਲੇ ਗਏ ਹੁਣ ਹਜ਼ੂਰ ਫਰਮਾਉਂਦੇ ਨੇ ਜਪ ਮੰਨ ਮੇਰੇ ਤੂ ਇੱਕੋ ਨਾਮ ਮਨਾ ਜਪ ਇੱਕ ਦਾ ਨਾਮ ਤੇ ਨਾਮ ਸਮਝ ਗਏ ਅੰਦਰੋਂ ਬਾਹਰੋਂ ਇੱਕ ਹੋਣਾ ਨਿਰਭਉ ਹੋਣਾ ਨਰਵੈਰ ਹੋਣਾ ਉਹ ਰੱਬੀ ਕੋਣ ਆਪਣੇ ਅੰਦਰੋਂ ਪ੍ਰਗਟ ਕਰਨੇ ਚੇਤਹੀ ਮਹੀਨੇ ਜਦੋਂ ਆਪਾਂ ਆਰੰਭ ਕਰਦੇ ਚੇਤ ਗੁਬਿੰਦ ਅਰਾਧੀਏ ਹੋਵੇ ਆਨੰਦ ਕਣਾ ਚੇਤ ਦਾ ਮਹੀਨਾ ਦੇਸੀ ਪਹਿਲਾ ਅਖੀਰਲਾ ਫਗਣ ਜਿਵੇਂ ਪਹਿਲਾ ਜਨਵਰੀ ਅਖੀਰਲਾ ਦਸੰਬਰ ਇੰਗਲਿਸ਼ ਮਹੀਨੇ ਇਦਾਂ ਦੇਸੀ ਮਹੀਨਾ ਪਹਿਲਾ ਚੇਤ ਅਖੀਰਲਾ ਫਗਣ ਹੈ ਅਛਾ ਵੇਖੋ ਗੁਰੂ ਸਾਹਿਬ ਨੇ 12 ਮਾਹ ਕੀ ਲਿਖਿਆ ਕਹਿੰਦੇ ਚੇਤ ਗੋਬਿੰਦ ਅਰਾਧਿਆ ਮਹਾਰਾਜ ਕੀ ਹੋਊਗਾ ਕਹਿੰਦੇ ਹੋਵੇ ਆਨੰਦ ਕਣਾ ਇਥੋਂ ਗੱਲ ਸ਼ੁਰੂ ਕਰਕੇ ਜਦੋਂ 12ਵੇਂ ਮਹੀਨੇ ਤੇ ਗਏ ਕਹਿੰਦੇ ਫਲਗੁਣ ਆਨੰਦ ਉਪਾਰ ਜਣਾ ਆਨੰਦ ਤੋਂ ਗੱਲ ਸ਼ੁਰੂ ਕੀਤੀ ਆਨੰਦ ਤੇ ਲਿਆ ਕੇ ਸਮਾਪਤ ਕੀਤੀ ਕਹਿੰਦੇ